तेज़ाबी टोटे। ਲੈ ਵੀ ਦੇਖੀ ਕੋਇਟਾ ਵਾਲੇ ਕਿੱਦਾਂ 150 ਕਰਦੇ। ਉਹ ਇਹ ਕੀ ਹੋ ਗਿਆ? ਲੈ ਬੱਬੂ ਵਾਟਸਨ ਦੇ ਵੱਟ ਤਾਂ ਨਿਕਲ ਗਏ ਆ। ਹੁਣ ਸੋਚਦਾ ਹੋਣਾ ਅੰਨੀ ਪਾਉਣ ਵਾਲੇ ਬੈਟਸਮੈਨ ਨੂੰ ਅੰਨੀ ਦੇ ਨੇ ਪਵੇਲੀਅਨ ਕਾਲ ਦਿੱਤਾ। ਅਸਲ ਸ਼ਫੀਕ ਦੀ ਖੂਬਸੂਰਤ ਹਿੱਟ ਤੇ ਫੀਲਡਰ ਨੇ ਕਰਤਾ ਉਹਨੂੰ ਟੂਟੀ ਦੀ ਜਗ੍ਹਾ ਤੇ ਫਿੱਟ ਤੇ ਜਿੰਨਾ ਇਹਨੇ ਸਕੋਰ ਕੀਤਾ ਇਹਨੇ ਗਿਣ ਗਿਣ ਥੱਕ ਜਾਣਾ। ਓਏ ਪੀਟਰਸਨ ਆ ਗਏ। ਇਹੋ ਜੀ ਆ ਗਿਆ, ਛਾਪਰ 'ਚ ਫਿੱਟ ਆ ਗਿਆ। ਦਸ ਗੰਜੇ ਨੇ ਕੋਇਟਾ ਦਾ ਤੀਜਾ ਖਿਲਾੜੀ ਮੰਜੇ ਤੇ ਪਾਤਾ। ਇਹ ਕੋਇਟੇ ਨੂੰ ਬਰਫਾਂ ਨਹੀਂ ਲੱਗ ਗਈਆਂ? ਨਹੀਂ ਪੁੱਤ, ਧੁੱਪ ਨਿਕਲ ਆਈ ਹੈ। ਪੁੱਛ ਬਾਲਰ ਕੋਲੋਂ ਕੰਨਾਂ 'ਚੋਂ ਸੇਕ ਨਿਕਲਿਆ ਕਿ ਨਹੀਂ। ਬੇਟਾ ਹੁਣ ਕੋਇਟੇ ਵਾਲੇ ਨਹੀਂ ਰੁਕਦੇ, ਐ ਵੇਖ। ਆਹੋ ਮੈਂ ਤੇ ਵੇਖ ਰਿਹਾ, ਤੂੰ ਵੀ ਵੇਖ। ਤੂੰ ਇੱਥੇ ਟਿੱਕੀਆਂ ਵੇਚਣ ਆਇਆ? ਇਹਦਾ ਮੂੰਹ ਵੇਖ, ਵੱਡੀ ਤੇਜ਼ਾਬ ਵਾਲੀ ਬੋਤਲ ਹੁੰਦੀ ਹੈ। ਲੈ ਵੀ ਸਰਫਰਾਜ਼ ਨਹੀਂ ਧੋਖਾ ਦਿੰਦਾ। ਆਹੋ ਧੋਖਾ ਨਹੀਂ ਦਿੰਦਾ, ਸਿਰਫ ਆਊਟ ਹੋਣ ਦਾ ਮੌਕਾ ਦਿੰਦਾ। ਚੱਲ ਬਈ ਸਰਫਰਾਜ਼, ਬਾਹਰ ਜਾ ਕੇ ਰੌਲਾ ਪਾ ਦੇ ਤੇ ਮੋਜੇ ਤੂੰ ਨੇ ਤਾਲਾ। ਟਾਰਗੇਟ ਔਖਾ ਨਹੀਂ ਹੋਈ ਜਾ ਰਿਹਾ? ਓਏ ਵਾਹ, ਓਏ ਤੇਰੇ ਛੱਕੇ ਦੇ ਸਦਕੇ ਜਾਵਾਂ। ਠਹਿਰ ਜਾ ਬੱਬੂ ਵਾਲੇ ਸਦਕੇ ਨਾ ਜਾ, ਐਲਾ 10 ਰੁਪਈਏ ਤੇ ਸਿੱਧਾ ਡਸਕੇ ਜਾ। ਯਾਰ ਅਫਰੀਦੀ ਨੇ ਤਾਂ ਪੱਕ ਦੀ ਦੇਗ 'ਚ ਬੋਟੀ ਕੱਢ ਲਈ ਹੈ। ਐਲਾ ਕੀਪਰ ਨੇ ਕਿਹਾ ਕਿ ਮੱਝ ਉੱਡੀ ਤੇ ਅੰਪਾਇਰ ਨੇ ਕਿਹਾ ਆਹੋ ਉੱਡੀ। ਚਲੋ ਸ਼ਾਬਾਸ਼, ਬੱਚੇ ਚੁੱਕਣ ਵਾਲੇ ਗਲੀਆਂ 'ਚ ਫਿਰਦੇ, ਟਾਈਮੋ ਟਾਈਮ ਘਰ ਚਲ ਜਾਓ। ਕਿਤੇ ਖੁਸ਼ੀ 'ਚ ਇਹਦੀ ਟਿੰਡ ਨਾ ਪਾਟ ਜਾਏ। ਲੈ ਵੀ ਆਖਰੀ ਗੇਂਦ ਤੇ 20 ਸਕੋਰ। ਇਹਦੇ ਨਾਲ ਹੀ ਕਰਾਚੀ ਨੇ ਕੋਇਟੇ ਤੋਂ ਕੁਲਫੀਆਂ ਕੋ ਮੈਚ ਖੋਲੇ। ਬੱਬੂ ਜਿੱਦਾਂ ਅੱਜ ਫਰੀਦੀ ਨੇ ਕੈਚ ਫੜਿਆ ਨਾ, ਇੱਦਾਂ ਅੱਜ ਕੱਲ੍ਹ ਨੈਬ ਵਾਲੇ ਫੜ ਰਹੇ ਆ। ਤੇਜ਼ਾਬੀ ਟੋਟੇ।